ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਨਿਊਜ਼ ਅਪਡੇਟ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੀਆਂ ਵੱਡੀਆਂ ਚੁਣਵੀਆਂ ਖਬਰਾਂ ਦਾ ਸਪੈਸ਼ਲ ਬੁਲੇਟਿਨ ਪ੍ਰਾਈਮ ਟਾਈਮ ਲੈ ਕੇ ਹਾਜ਼ਰ ਹਾਂ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ ਦੋਸਤੋ ਸ਼ੁਰੂਆਤ ਕਰਦੇ ਆਂ ਜੀ ਬਿਗ ਬ੍ਰੇਕਿੰਗ ਨਿਊਜ਼ ਤੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ ਚੁਖਿਆਲੀ ਜਾਂ ਮੌਕਾ ਸੈਸ਼ਨ ਕਰਵਾਉਣ ਲਈ ਵਿਰੋਧੀ ਪਾਰਟੀਆਂ ਦੇ ਆਗੂਆਂ ਦੀ ਕੀਤੀ ਆਲੋਚਨਾ ਬੋਲੇ ਵਿਸ਼ਵਾਸ ਮਤਾ ਜ਼ਰੂਰੀ ਹੈ ਕਾਂਗਰਸ ਅਤੇ ਭਾਜਪਾ ਨੂੰ ਇੱਕੋ ਸਿੱਕੇ ਦੇ ਦੋ ਪਹਿਲੂ ਦੱਸਦੇ ਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਇੱਕ ਹੀ ਵਿਧਾਨ ਸਭਾ ਦੇ ਵਿੱਚ ਵਿਸ਼ਵਾਸ ਮਤਾ ਲਿਆਉਣਾ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਦੋਵੇਂ ਪਾਰਟੀਆਂ ਨੇ ਸੂਬੇ ਵਿੱਚ ਜਮਹੂਰੀ ਤਰੀਕੇ ਦੇ ਨਾਲ ਚੁਣੀਆਂ ਹੋਈਆਂ ਸਰਕਾਰਾਂ ਨੂੰ ਤੋੜਨ ਦੇ ਲਈ ਹੱਥ ਮਿਲਾ ਲਿਆ ਵਿਧਾਨ ਸਭਾ ਵਿੱਚ ਵਿਸ਼ੇਸ਼ ਸਵਾਸ਼ ਮਤਾ ਪੇਸ਼ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਦੇਸ਼ ਭਰ ਦੇ ਪਿਛਲੇ ਦਰਵਾਜ਼ੇ ਆਪਣੀ ਸਰਕਾਰ ਬਣਾਉਣ ਲਈ ਦਲ ਬਦਲੀ ਵਿਰੋਧੀ ਕਾਨੂੰਨਾਂ ਦੀ ਵਰਤੋਂ ਨਵੇਂ ਹਥਿਆਰਾਂ ਵਜੋਂ ਕਰ ਸਕਦੀ ਆ ਬਦਕਿਸਮਤੀ ਦੇ ਨਾਲ ਇਸ ਦੀ ਸਭ ਤੋਂ ਵੱਡੀ ਪੀੜਤ ਹੋਣ ਦੇ ਬਾਵਜੂਦ ਕਾਂਗਰਸ ਇਸ ਦੀ ਹਮਾਇਤ ਕਰ ਰਹੀ ਆ ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਦੇ ਵਿਧਾਇਕਾਂ ਨੂੰ ਲੁਭਾ ਕੇ ਮੱਧ ਪ੍ਰਦੇਸ਼ ਮਹਾਰਾਸ਼ਟਰ ਕਰਨਾਟਕ ਤੇ ਹੋਰ ਸੂਬਿਆਂ ਵਿੱਚ ਚੁਣੀਆਂ ਹੋਈਆਂ ਸਰਕਾਰਾਂ ਨੂੰ ਭੰਗ ਕੀਤਾ ਜਾ ਰਿਹਾ ਹੈ। ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ। ਮੁੱਖ ਮੰਤਰੀ ਨੇ ਕਿਹਾ ਜੀ ਇਹ ਨਾਗਵਾਂ ਨੂੰ ਕੋਈ ਕੰਮ ਨਾ ਕਰਨ ਦੇ ਕਾਰਨ ਲੋਕਾਂ ਨੇ ਸੱਤਾ ਤੋਂ ਬਾਹਰ ਦਾ ਰਸਤਾ ਦਿਖਾਇਆ ਉਹਨਾਂ ਨੇ ਕਿਹਾ ਜੀ ਨਾਗਵਾਂ ਨੂੰ ਲੋਕਾਂ ਨੇ ਸੁਭਾਈ ਵਿਧਾਨ ਸਭਾ ਤੋਂ ਬਾਹਰ ਕੀਤਾ ਪਰ ਹੁਣ ਇਹ ਆਗੂ ਮੌਕਾ ਦਾ ਖਿਆਲੀ ਮੌਕਾ ਜਾਂ ਖਿਆਲੀ ਸੈਸ਼ਨ ਕਰਵਾ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਤੇ ਆਪਣੀ ਨਿਰਾਸ਼ਾ ਘਟ ਰਹੇ ਹਨ ਭਗਵੰਤ ਜੀ ਨੇ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਉਮੀਦ ਨੂੰ ਵੋਟ ਪਾਈ ਆ ਆਮ ਆਦਮੀ ਪਾਰਟੀ ਸੂਬੇ ਨੂੰ ਦੇਸ਼ ਪਰ ਦੇ ਵਿੱਚੋਂ ਮੂਰੀ ਬਣਾਉਣ ਦੀ ਆਣ ਥੱਕ ਕੋਸ਼ਿਸ਼ ਕਰ ਰਹੀ ਹੈ ਸਦਨ ਦੇ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਤੇ ਅੱਜ ਦੇ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਕਿਹਾ ਜਦੋਂ ਕੋਈ ਭੱਜਦਾ ਹੈ ਉਹਨਾਂ ਨੇ ਕਿਹਾ ਹੈ ਕਿ ਹਾਰ ਤੋਂ ਬਾਅਦ ਚੰਨੀ ਕਿੱਥੇ ਚਲੇ ਗਏ ਨੇ ਮੰਨਨੇ ਕਿ ਆ ਕਿ ਚ ਮੁੱਖ ਮੰਤਰੀ ਚੰਨੀ ਵੱਲੋਂ ਸਾਈਨ ਕੀਤੀਆਂ ਗਈਆਂ ਬਹੁਤ ਸਾਰੀਆਂ ਵਿਵਾਦਿਤ ਫਾਈਲਾਂ ਮੇਰੇ ਕੋਲ ਆਉਂਦੀਆਂ ਹਨ ਮੈਂ ਉਹਨਾਂ ਫਾਈਲਾਂ ਬਾਰੇ ਸਭ ਕੁਝ ਪੁੱਛਣਾ ਚਾਹੁੰਦਾ ਹਾਂ ਉਹਨਾਂ ਨੇ ਕਹਿ ਦਿੱ ਕੁਝ ਫਾਈਲਾਂ ਇਸ ਤਰ੍ਹਾਂ ਦੀਆਂ ਹਨ ਜਿਨ੍ਹਾਂ ਦਾ ਫੈਸਲਾ ਕਾਰਜਕਾਲ ਦੇ ਅਖੀਰਲੇ ਦਿਨਾਂ ਵਿੱਚ ਕੀਤਾ ਗਿਆ ਜੋ ਅਜੇ ਹੀਆਂ ਨੇ ਪੋਸਟ ਡੇਟ ਤੇ ਪ੍ਰੀ ਡੇਟਡ ਹਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਮੈਂ ਚੰਨੀ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਇਹ ਸਭ ਫਾਈਲਾਂ ਤੇ ਸਾਈਨ ਕਿਵੇਂ ਕਰ ਗਏ ਹੁਣ ਇਸ ਦਾ ਕੀ ਕੀਤਾ ਜਾਵੇ ਉਹਨਾਂ ਨੇ ਸਵਾਲ ਪੁੱਛਦਿਆਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਹੁਣ ਸੱਤਾ ਟਰਾਂਸਫਰ ਕਰਨ ਲਈ ਵੀ ਨਹੀਂ ਮਿਲ ਸਕਦੇ ਮਾਨ ਨੇ ਤੰਜ ਕੱਸਦਿਆਂ ਕਿਹਾ ਕਿ ਜੇਹਾ ਤਾਂ ਪਾਕਿਸਤਾਨ ਸੱਤਾ ਚ ਹੁੰਦਾ ਹੈ ਮੁੱਖ ਮੰਤਰੀ ਅਹੁਦੇ ਤੋਂ ਹਟਣ ਮਗਰੋਂ ਜਾਂ ਤਾਂ ਭੱਜ ਜਾਂਦਾ ਜਾਂ ਉਹਨਾਂ ਨੂੰ ਸਜ਼ਾ ਦਿੱਤੀ ਜਾਂਦੀ ਮੁੱਖ ਮੰਤਰੀ ਨੇ ਕਿਹਾ ਜੇ ਇਹ ਚੀਜ਼ ਮੈਂ ਕਾਂਗਰਸੀਆਂ ਨੂੰ ਪੁੱਛਣਾ ਚਾਹੁੰਦਾ ਹਾਂ ਚੰਨੀ ਸਾਹਿਬ ਭੱਜ ਕਿਉਂ ਗਏ ਭਗਵੰਤ ਮਾਨ ਨੇ ਕਿਹਾ ਕਿ ਕੋਈ ਦੱਸ ਰਿਹਾ ਕੈਨੇਡਾ ਨੇ ਕੋਈ ਕਹਿ ਰਿਹਾ ਅਮਰੀਕਾ ਨੇ ਪਰ ਹੁਣ ਤੱਕ ਪਤਾ ਨਹੀਂ ਲੱਗਾ ਅਸਲ ਦੇ ਵਿੱਚ ਹੂ ਹੈ ਕਿੱਥੇ ਪੰਜਾਬ ਵਿਧਾਨ ਸਭਾ ਸਪੈਸ਼ਲ ਸੈਸ਼ਨ ਭਗਵੰਤ ਮਾਨ ਨੇ ਭਰੋਸੇ ਦੀ ਮਤਾ ਕੀਤਾ ਪੇਸ਼ ਸਤਨ 29 ਸਤੰਬਰ ਤੱਕ ਮੁਲਤਵੀ ਪੰਜਾਬ ਦੇ ਰਾਜਪਾਲ ਤੇ ਮੁੱਖ ਮੰਤਰੀ ਦਰਮਿਆਨ ਸ਼ਬਦੀ ਜੰਗ ਤੋਂ ਬਾਅਦ ਅੱਜ ਵਿਸ਼ੇਸ਼ ਵਿਧਾਨ ਸਭਾ ਸੈਸ਼ਨ ਸ਼ੁਰੂ ਹੋਇਆ ਜਿਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਭਰੋਸੇ ਦੀ ਮਤਾ ਪੇਸ਼ ਕੀਤਾ ਹੁਣ ਸੈਸ਼ਨ 3 ਅਕਤੂਬਰ ਤੱਕ ਚੱਲੇਗਾ ਇਸ ਦੇ ਮਗਰੋਂ ਸਪੀਕਰ ਕੁਲਤਾਰ ਸੰਧਵਾਨ ਨੇ ਪੰਜਾਬ ਵਿਧਾਨ ਸਭਾ ਦੀ ਕਾਰਵਾਈ 29 ਸਤੰਬਰ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਆ ਇਸ ਸਪਰੋਸ ਦੀ ਮਤੇ ਤੇ ਚਰਚਾ ਕੀਤੀ ਜਾਵੇਗੀ ਇਹ ਸਪੈਸ਼ਲ ਸੈਸ਼ਨ ਦੌਰਾਨ ਸੂਬੇ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ ਵੱਲੋਂ ਸੱਦੇ ਗਏ ਭਰੋਸੇ ਦੇ ਮਤੇ ਦਾ ਵਿਰੋਧ ਕਰਦਿਆਂ ਕਿਹਾ ਕਿ ਭਰੋਸੇ ਦਾ ਮਤਾ ਲਿਆਉਣਾ ਚੁਣੌਤੀਆ ਤੇ ਉਹਨਾਂ ਨੇ ਮਤੇ ਦੇ ਵਿਰੋਧ ਨੂੰ ਨਾਰੇਬਾਜ਼ੀ ਕੀਤੀ ਦੇ ਵਿਧਾਨ ਸਭਾ 'ਚ ਹੰਗਾਮਾ ਕੀਤਾ ਜਿਸ ਤੋਂ ਬਾਅਦ ਸਪੀਕਰ ਨੇ ਉਸਨੂੰ ਬਾਹਰ ਜਾਣ ਲਈ ਕਿਹਾ ਵਿਧਾਨ ਸਭਾ ਦੇ ਵਿੱਚ ਭਗਵੰਤ ਮਾਨ ਨੇ ਖੜਕਾਏ ਵਿਰੋਧੀ ਕਿ ਹਾ ਅੱਖਾਂ ਦੇ ਵਿੱਚ ਅੱਖਾ ਪਾ ਕੇ ਗੱਲ ਕਰੋ ਕਾਣੇ ਕਿਉਂ ਬਣਿਓ ਵੱਡੀ ਖਬਰ ਹੈ ਪਰ ਉਸ ਤੋਂ ਪਹਿਲਾਂ ਨਿੱਕੀ ਜਿਹੀ ਬੇਨਤੀ ਹੈ ਜੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਦੋਸਤੋ ਤੁਹਾਡਾ ਇੱਕ ਇੱਕ ਸਬਸਕ੍ਰਾਈਬ ਅਤੇ ਸ਼ੇਅਰ ਹੀ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਪੰਜਾਬ ਵਿਧਾਨ ਸਭਾ ਸੈਸ਼ਨ ਦੀ ਕਾਰਵਾਈ ਦੌਰਾਨ ਪਾਰੀ ਹੰਗਾਮਾ ਹੋਇਆ ਹੰਗਾਮੇ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀਆਂ ਤੇ ਨਿਸ਼ਾਨੇ ਵਿੰਨੇ ਉਹਨਾਂ ਨੇ ਕਿਹਾ ਜੀ ਆਪਰੇਸ਼ਨ ਲੋਟਸ ਫੇਲ ਹੋਣ ਨਾਲ ਕਾਂਗਰਸ ਪਾਰਟੀ ਨੂੰ ਨੁਕਸਾਨ ਹੋਇਆ ਭਗਵੰਤ ਮਾਨ ਨੇ ਕਿਹਾ ਕਿ ਸਾਨੂੰ ਕਾਨੂੰਨਾਂ ਸਮਝਾਓ ਇਹ ਆਪ ਸਮਝ ਲੈਣ ਕਿ ਹਾਊਸ ਦੇ ਵਿੱਚ ਸਪੀਕਰ ਦੀ ਮਨਜ਼ੂਰੀ ਨਾਲ ਕੋਈ ਵੀ ਮਤਾ ਲਿਆਇਆ ਜਾ ਸਕਦਾ ਹੈ ਇਹ ਆਪਣਾ ਘਰ ਸੰਭਾਲਣ ਸਾਨੂੰ ਨਾ ਸਿਖਾਉਣ ਕਿਹੜੇ ਹੱਕਾਂ ਦੀ ਗੱਲ ਕਰਦੇ ਹੋ ਸਾਡੇ ਹੱਕ ਇੱਥੇ ਰੱਖ ਇਹਨਾਂ ਤੋਂ ਆਪਣੇ ਹੱਕ ਨਹੀਂ ਸਾਂਭੇ ਗਏ ਇੱਥੇ ਕਿਹੜੇ ਹੱਕਾਂ ਦੀ ਗੱਲ ਕਰਦੇ ਹੋ ਸੰਗੀਤ ਜਗਤ ਨੂੰ ਵੱਡਾ ਘਾਟਾ ਪ੍ਰਸਿੱਧ ਗੀਤਕਾਰ ਸੀਰਾ ਸਿੰਘੇਵਾਲੀਆ ਦਾ ਹੋਇਆ ਦੇਹਾਂਤ ਪੰਜਾਬੀ ਸੰਗੀਤ ਜਗਤ ਨੂੰ ਇਸ ਵੇਲੇ ਇੱਕ ਵੱਡੀ ਬੁਰੀ ਖਬਰ ਸਾਹਮਣੇ ਆਈ ਹੈ ਜ ਜ ਦਰਅਸਲ ਪੰਜਾਬ ਦੇ ਮਸ਼ਹੂਰ ਗੀਤਕਾਰ ਸੀਰਾ ਸਿੰਘੇਵਾਲੀਆ ਦਾ ਦੇਹਾਂਤ ਹੋ ਗਿਆ ਜੀ ਸੀਰਾ ਸਿੰਘੇਵਾਲੀਆ ਨੇ ਟੀਚਰ ਲੱਗੀ ਹੈ ਸਰਕਾਰੀ ਵਤੂਆਂ ਸ਼ ਕਰੇਗਾ ਇਸ ਤੋਂ ਇਲਾਵਾ ਬਣੇ-ਸਣੇ ਸਫਾਰੀ ਚੱਕਾਂਗੇ ਵੱਡੇ ਮਿਰਜੇ ਨੂੰ ਵਰਗੇ ਹਿੱਟ ਗੀਤ ਲਿਖੇ ਨੇ ਸੋ ਬੇਵਕਤੀ ਮੌਤ ਨਾਲ ਸੰਗੀਤ ਜਗਤ ਦੇ ਵਿੱਚ ਸੋਗ ਦੀ ਲਹਿਰ ਹੈ ਸਕੂਲਾਂ ਦੇ ਬਾਹਰ ਲਾਏ ਜਾਣਗੇ ਚੌਂਕੀਦਾਰ ਸਾਫ ਸਫਾਈ ਲਈ ਮਿਲੇਗੀ 50000 ਦੀ ਗ੍ਰਾਂਟ ਸਿੱਖਿਆ ਮੰਤਰੀ ਬੈਂਸ ਦਾ ਵੱਡਾ ਐਲਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਸਿੱਖਿਆ ਖੇਤਰ ਦੇ ਵਿੱਚ ਵੱਡਾ ਸੁਧਾਰ ਕਰਨ ਜਾ ਰਹੀ ਹੈ ਜੀ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਗਾਰਡ ਅਤੇ ਕੈਂਪਸ ਪ੍ਰਬੰਧਕ ਤਾਇਨਾਤ ਕੀਤੇ ਜਾਣਗੇ ਜੀ ਇਹ ਐਲਾਨ ਸਿੱਖਿਆ ਮੰਤਰੀ ਹਰਜੂਤ ਬੈਂਸ ਨੇ ਕੀਤਾ ਹਰਜੂਤ ਸਿੰਘ ਬੈਂਸ ਨੇ ਟਵੀਟ ਕਰਦਿਆਂ ਦੱਸਿਆ ਕਿ ਪੰਜਾਬ ਦੇ ਸਕੂਲਾਂ ਦੇ ਬਾਹਰ ਤੁਸੀਂ ਜਲਦੀ ਹੀ ਕੌਂਕੀਦੜ ਖੜੇ ਦੇਖੋਗੇ ਇਸ ਤੋਂ ਇਲਾਵਾ ਉਹਨਾਂ ਨੇ ਦੱਸਿਆ ਕਿ ਪੰਜਾਬ ਦੇ ਸਾਰੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਕੈਂਪਸ ਮੈਨੇਜਰ ਹੋਣਗੇ ਸਾਫ ਸਫਾਈ ਲਈ ਸਕੂਲਾਂ ਨੂੰ 50000 ਰੁਪਏ ਪ੍ਰਤੀ ਮਹੀਨਾ ਗ੍ਰਾਂਟ ਦਿੱਤੀ ਜਾਵੇਗੀ ਇਸ ਫੈਸਲੇ ਤੋਂ ਬਾਅਦ ਸਕੂਲਾਂ ਦੇ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਉਹਨਾਂ ਨੇ ਐਲਾਨ ਤੋਂ ਬਾਅਦ ਦਿੱਲੀ ਦੇ ਸਿੱਖਿਆ ਮੰਤਰੀ ਅਤੇ ਉਪ ਮੁੱਖ ਮੰਤਰੀ ਮਨੀਸ਼ ਸਸੋਦੀਆ ਨੇ ਟਵੀਟ ਕਰਕੇ ਵਧਾਈ ਦਿੱਤੀ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਸ਼ਾਨਦਾਰ ਬਣਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ ਵੈਸ ਨੇ ਕਿਹਾ ਕਿ ਜ਼ਿਆਦਾਤਰ ਸਰਕਾਰੀ ਸਕੂਲਾਂ ਵਿੱਚ ਸਵੀਪਰ ਕੰਮ ਚਪੜਾ ਸੀ ਦੀਆਂ ਅਸਾਮੀਆਂ ਖਾਲੀ ਪਈਆਂ ਨੇ ਯਕੀਨੀ ਬਣਾਉਣ ਲਈ ਅਧਿਆਪਕਾਂ ਨੂੰ ਸਵੀਪਰ ਦਾ ਕੰਮ ਨਾ ਕਰਨਾ ਪਵੇ ਸਕੂਲ ਪ੍ਰਬੰਧਨ ਕਮੇਟੀਆਂ ਨੂੰ ਮਹੀਨੇਵਾਰ ਫੰਡ ਦੇਣ ਦਾ ਫੈਸਲਾ ਕੀਤਾ ਤਾਂ ਜੋ ਨੌਕਰੀ ਲੈ ਇੱਕ ਵਿਅਕਤੀ ਨੂੰ ਹੋਰ ਨਿਯੁਕਤ ਕੀਤਾ ਜਾ ਸਕੇ ਸਰਕਾਰ ਨੇ ਪਾਕਿਸਤਾਨ ਦੇ ਸਾਹਮਣੇ ਉਠਾਇਆ ਸਿੱਖ ਔਰਤ ਦੇ ਜ਼ਬਰੀ ਧਰਮ ਪਰਿਵਰਤਨ ਦਾ ਮਾਮਲਾ ਜੈ ਸ਼ੰਕਰ ਵਦੇਸ਼ ਮੰਤਰੀ ਐਸ ਜੇ ਸ਼ੰਕਰ ਨੇ ਰਾਸ਼ਟਰੀ ਗੱਤ ਗਿਣਤੀ ਕਮਿਸ਼ਨ ਨੂੰ ਸੂਚਿਤ ਕੀਤਾ ਹੈ ਕਿ ਉਸ ਨੇ ਇੱਕ ਸਿੱਖ ਔਰਤ ਦੇ ਜ਼ਬਰੀ ਧਰਮ ਪਰਿਵਰਤਨ ਦਾ ਮੁੱਦਾ ਪਾਕਿਸਤਾਨ ਸਾਹਮਣੇ ਉਠਾਇਆ ਤੇ ਆਸ ਪ੍ਰਗਟਾਈ ਹੈ ਕਿ ਜ਼ਿੰਮੇਵਾਰ ਲੋਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਐਨ ਸੀ ਐਮ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਖੇਤਰ ਦੇ ਵਿੱਚ ਇੱਕ ਸਿੱਖ ਔਰਤ ਦੇ ਅਗਵਾ ਤੇ ਜ਼ਬਰਦਸਤੀ ਧਰਮ ਪਰਿਵਰਤਨ ਸੰਬੰਧੀ ਮੀਡੀਆ ਰਿਪੋਰਟਾਂ ਦਾ ਨੋਟਿਸ ਲਿਆ ਗਿਆ ਹੈ ਜੀ ਐਨਸੀਐਮ ਦੇ ਮੁਖੀ ਕਬਾਲ ਸਿੰਘ ਲਾਲਪੁਰਾ ਨੇ 22 ਅਗਸਤ ਨੂੰ ਇੱਕ ਪੱਤਰ ਆਹੀ ਵਿਦੇਸ਼ ਮੰਤਰੀ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਨੂੰ ਪਾਕਿਸਤਾਨ ਵਿੱਚ ਆਪਣੇ ਹਮਰ ਉਤਬਾ ਦੇ ਕੋਲੇ ਉਠਾਉਣਾ ਕੈਨੇਡਾ ਜਾਣ ਵਾਲਿਆਂ ਦੇ ਲਈ ਵੱਡੀ ਖੁਸ਼ਖਬਰੀ ਦੇਸ਼ ਤੋਂ ਇਸ ਦਿਨ ਹਟ ਜਾਣਗੀਆਂ ਪਾਬੰਦੀਆਂ ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਵੱਲੋਂ ਜਾਰੀ ਹੋਣੇ ਸੂਚਨਾ ਦੇ ਅਨੁਸਾਰ ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਕੈਨੇਡਾ ਸਰਕਾਰ ਵੱਲੋਂ ਕੈਨੇਡਾ ਵਾਸੀਆਂ ਨੂੰ ਸਿਹਤ ਸਿੱਖਿਆ ਦੀ ਰੱਖਿਆ ਦੇ ਲਈ ਸਰਹੱਦੀ ਪ੍ਰਬੰਧਨ ਦੀ ਇੱਕ ਪੱਧਰੀ ਉਪਹੁੰਚ ਪਣਾਈ ਗਿਆ ਜੀ ਕੈਨੇਡਾ ਸਰਕਾਰ ਨੇ 1 ਅਕਤੂਬਰ 2022 ਤੋਂ ਲਾਗੂ ਹੋਣ ਵਾਲੇ ਕੈਨੇਡਾ ਦੇ ਵਿੱਚ ਦਾਖਲ ਹੋਣ ਵਾਲੇ ਕਿਸੇ ਵਿਅਕਤੀ ਲਈ ਟੈਸਟਿੰਗ ਕੁਆਂਟਰੀਨ ਆਈਸੋਲੇਸ਼ਨ ਦੀਆਂ ਸਾਰੀਆਂ ਪਾਬੰਦੀਆਂ ਨੂੰ ਹਟਾਉਣ ਦਾ ਐਲਾਨ ਕੀਤਾ ਤੇ ਸਰਹੱਦੀ ਉਪਾਵਾਂ ਨੂੰ ਹਟਾਉਣ ਲਈ ਕਈ ਕਾਰਨਾ ਕਰਕੇ ਸਹੂਲਤ ਦਿੱਤੀ ਗਈ ਹੈ ਜਿਸ ਵਿੱਚ ਮੌਲਡਿੰਗ ਵੀ ਸ਼ਾਮਲ ਹੈ ਨਿਗਰਾਨੀ ਕਰੋ ਰਿਪੋਰਟ ਕਰੋ ਜੇਕਰ ਉਹ ਕੈਨੇਡਾ ਪਹੁੰਚਣ ਤੇ ਕੋਵਿਡ-19 ਦੇ ਲੱਛਣ ਜਾਂ ਲੱਛਣ ਪੈਦਾ ਕਰਦਾ ਹੈ ਟਰਾਂਸਪੋਰਟ ਕੈਨੇਡਾ ਮੌਜੂਦ ਯਾਤਰੀ ਲੋੜਾਂ ਨੂੰ ਵੀ ਹਟਾ ਰਹੀ ਹੈ ਐਨਆਈਏ ਨੇ ਕਰਨਾਟਕ ਮਹਾਰਾਸ਼ਟਰ ਦੇ ਸਮੇਤ 8 ਸੂਬਿਆਂ ਚ 25 ਥਾਵਾਂ ਤੇ ਕੀਤੀ ਛਾਪੇਮਾਰੀ ਪੀਐਫਆਈ ਨਾਲ ਜੁੜੇ 6 ਲੋਕ ਗ੍ਰਫਤਾਰ ਕਰ ਲਏ ਨੇ ਸੋ ਪੀਐਫਆਈ ਦੇ ਮੈਂਬਰ ਸ਼ਫੀਕ ਪਾਥੋਂ ਗ੍ਰਫਤਾਰ ਕੀਤਾ ਪੁਚ ਗਿਚ ਦੌਰਾਨ ਖੁਲਾਸਾ ਹੋਇਆ ਕਿ ਇਸ ਸਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਟਨਾ ਰੈਲੀ ਨੂੰ ਪਪੂਲਰ ਫਰੰਟ ਆਫ ਇੰਡੀਆ ਦਾ ਟਾਰਗੇਟ ਤੇ ਸੀ ਦਰਸਲ ਐਨਆਈ ਨੇ ਪਹਿਲਾਂ ਦੇ ਛਾਪਿਆਂ ਵਿੱਚ ਜੋ ਲੀਡ ਮਿਲੀ ਸੀ ਉਸ ਦੇ ਆਧਾਰ ਤੇ 8 ਰਾਜਾਂ ਵਿੱਚ ਬਜਟ ਕਾਣਾਂ ਦੇ ਛਾਪੇਮਾਰੀ ਕਰ ਰਹੀ ਹੈ ਜੀ ਐਨਆਈ ਸਮੇਤ ਹੋਰ ਏਜੰਸੀਆਂ 8 ਰਾਜਾਂ ਦੇ ਪੁਲਿਸ ਨਾਲ ਮਿਲ ਕੇ ਇਹ ਛਾਪੇਮਾਰੀ ਕਰ ਰਹੀਆਂ ਨੇ ਰਾਸ਼ਨ ਕਾਰਡ ਧਾਰਕਾਂ ਦੀ ਲੱਗੀ ਲਾਟਰੀ ਅਕਤੂਬਰ ਤੋਂ ਮੋਦੀ ਸਰਕਾਰ ਦੇਵੇਗੀ ਵਿਸ਼ੇਸ਼ ਸਹੂਲਤ ਜੇਕਰ ਤੁਹਾਡੇ ਕੋਲੇ ਰਾਸ਼ਨ ਕਾਰਡ ਹੈ ਤਾਂ ਤੁਸੀਂ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਦੇ ਤਹਿਤ ਮੁਫਤ ਰਾਸ਼ਨ ਲੈ ਰਹੇ ਹੋ ਤਾਂ ਇਹ ਖਬਰ ਤੁਹਾਡੇ ਕੰਮ ਦੀ ਹੈ ਦਰ ਅਸਲ ਇਹ ਇਹ ਯੋਜਨਾ April 2020 ਦੇ ਵਿੱਚ COVID ਮਿਆਦ ਦੇ ਦੌਰਾਨ ਸ਼ੁਰੂ ਕੀਤੀ ਗਈ ਹੈ ਜਿਸ ਬਾਅਦ ਵਿੱਚ March 2022 ਚ ਇਸ ਸਕੀਮ ਨੂੰ 6 ਮਹੀਨਿਆਂ ਲਈ ਸਤੰਬਰ ਤੱਕ ਵਧਾ ਦਿੱਤਾ ਤੇ ਹੁਣ ਚਰਚਾ ਹੈ ਕਿ ਸਰਕਾਰ ਇਸ ਸਕੀਮ ਨੂੰ ਇੱਕ ਵਾਰ ਫਿਰ ਵਧਾਏਗੀ 80 ਕਰੋੜ ਲੋਕ ਸਿੱਧੇ ਜੁੜੇ ਨੇ ਸਰਕਾਰ ਦੀ ਇਸ ਯੋਜਨਾ ਦੀ ਚਰਚਾ ਇਸ ਲਈ ਹੈ ਕਿਉਂਕਿ ਇਸ ਦੇ ਨਾਲ 80 ਕਰੋੜ ਲੋਕ ਸਿੱਧੇ ਜੁੜੇ ਹੋਏ ਨੇ ਮੀਡੀਆ ਰਿਪੋਰਟਾਂ ਅਨੁਸਾਰ ਕੇਂਦਰ ਸਰਕਾਰ ਦੇ ਇੱਕ ਵਾਰ ਫਿਰ ਮੁਫਤ ਰਾਸ਼ਨ ਵੰਡਣ ਦੀ ਇਸ ਬਾਰੇ ਵੱਡੀ ਯੋਜਨਾ ਨੂੰ 6 ਮਹੀਨਿਆਂ ਦੇ ਅੰਦਰ ਮਾਰਚ 2023 ਤੱਕ ਵਧਾਉਣ ਦਾ ਮਨ ਬਣਾ ਲਿਆ ਤੇ ਇਸ ਗੱਲ ਦਾ ਸੰਕੇਤ ਕੇਂਦਰੀ ਖੁਰਾਕ ਵਿਭਾਗ ਦੇ ਸਕੱਤਰ ਨੇ ਦਿੱਤਾ ਹਾਲਾਂਕਿ ਇਸ ਬਾਰੇ ਅਧਿਕਾਰਤ ਤੌਰ ਤੇ ਐਲਾਨ ਨਹੀਂ ਕੀਤਾ ਗਿਆ ਹੁਣ ਤੱਕ 3.40 ਕਰੋੜ ਲੱਖ ਕਰੋੜ ਰੁਪਏ ਦਾ ਖਰਚ ਕੀਤਾ ਜਾ ਚੁੱਕਾ ਹੈ ਇੱਕ ਮਿਸ਼ਨ ਹੈ ਜੋ ਮੈਂ ਪੰਜਾਬ ਭਾਰਤ ਲਈ ਪੂਰਾ ਕਰਨਾ ਹੈ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਸਾਬਕਾ ਮੋੱਖ ਮੰਤਰੀ ਕੈਪਟਨ ਨੇ ਕਿਹਾ ਹੈ ਕਿ ਅੱਜ ਭਾਰਤੀ ਜਨਤਾ ਪਾਰਟੀ ਨੂੰ ਸ਼ਾਮਲ ਹੋਣ ਤੋਂ ਬਾਅਦ ਉਹਨਾਂ ਨੂੰ ਖੁਸ਼ੀ ਸਕੂਨ ਮਿਲ ਰਿਹਾ ਹੈ। ਉਹਨਾਂ ਨੇ ਇੱਕ ਮਿਸ਼ਨ ਪੂਰਾ ਕਰਨਾ ਉਹਨਾਂ ਨੇ ਕਿਹਾ ਮੇਰੇ ਕੋਲ ਇੱਕ ਮਿਸ਼ਨ ਹੈ ਜਿਸ ਨੂੰ ਪੂਰਾ ਕਰਨਾ ਹੈ ਉਹ ਹੈ ਰਾਜ ਅਤੇ ਦੇਸ਼ ਦੇ ਹਿੱਤ ਲਈ ਕੰਮ ਕਰਨਾ। ਭਾਜਪਾ ਹੈੱਡਕੁਆਰਟਰ ਵਿੱਚ ਪਾਰਟੀ ਨੂੰ ਸ਼ਾਮਲ ਹੋਣ ਤੋਂ ਬਾਅਦ ਪਹਿਲੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਾ ਕੈਪਟਨ ਕਹਿੰਦਾ ਜੀ ਪ੍ਰਧਾਨ ਮੰਤਰੀ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪ੍ਰਧਾਨ ਪਾਰਟੀ ਪ੍ਰਧਾਨ ਜੇਪੀ ਨੱਡਾ ਦੇ ਹੱਥ ਮਜ਼ਬੂਤ ਕਰਨਾ ਚਾਹੁੰਦੇ ਨੇ। ਦੋ ਵਾਰ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਕੈਪਟਨ ਨੇ ਕਰਤਾਰਪੁਰ ਲਾਂਗਾ ਖੋਲਣ ਤੇ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਲਈ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕੀਤਾ ਆਪ ਸਰਕਾਰ ਦੇ ਬਚਨ ਦੇ ਖਦਸਾ ਜ਼ਾਹਰ ਕਰਦੇ ਉਹਨਾਂ ਨੇ ਕਿਹਾ ਜੀ ਉਹਨਾਂ ਨੂੰ ਯਕੀਨ ਹੈ ਕਿ ਪੰਜਾਬ ਦੇ ਲੋਕ ਕੇ ਸਰਕਾਰ ਨੂੰ ਜ਼ਿਆਦਾ ਦੇਰ ਤੱਕ ਬਰਦਾਸ਼ਤ ਨਹੀਂ ਕਰਨਗੇ ਨਸ਼ਾ ਤਸਕਰਾਂ ਤੋਂ 1 ਕਿਲੋਗ੍ਰam ਹੈਰੋਇਨ ਤੇ ਲੱਖਾਂ ਰੁਪਏ ਡਰੱਗਮਣੀ ਬਰਾਮਦ ਦੇ ਇੱਕ ਹੋਰ ਸਨੇਚਾਰ ਗ੍ਰਿਫਤਾਰ ਜਲਾਲਾਬਾਦ ਦੇ ਐਸਐਸਪੀ ਫਾਜ਼ਲ ਕਾ ਭੁਪਿੰਦਰ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡੀਐਸਪੀ ਜਲਾਲਾਬਾਦ ਅਤੁੱਲ ਸੋਨੀ ਦੀ ਗਵਾਈ ਹੇਠ ਥਾਣਾ ਸਿਟੀ ਜਲਾਲਾਬਾਦ ਦੀ ਪੁਲਿਸ ਦੇ ਮੁਖਬਰ ਦੀ ਇਤਲਾਹ ਤੇ ਭਾਰੀ ਮਾਤਰਾ ਚ ਡਰਗਮਣੀ ਦੇ 1 ਕਿਲੋ ਹੈਰੋਇਨ ਬਰਾਮਦ ਕਰਕੇ ਮਾਮਲਾ ਦਰਜ ਕੀਤਾ ਹੈ ਪੁਲਿਸ ਪਾਰਟੀ ਸਣੇ ਟਵਾਣਾ ਚੌਂਕ ਤੇ ਮੌਜੂਦ ਤਾਂ ਮੁਖ ਖਬਰ ਨੇ ਇਤਲਾਹ ਦਿੱਤੀ ਕਿ ਗੁਰਨਾਮ ਸਿੰਘ ਪੁੱਤਰ ਮਕਰਗਲ ਸਿੰਘ ਵਾਸੀ ਜੁਗਿਆ ਜਵਾਰ ਸਿੰਘ ਵਾਲਾ ਮਮਦੋਤ ਰਾਜ ਸਿੰਘ ਪੁੱਤਰ ਦਿਆਲ ਸਿੰਘ ਗੁਰਵਿੰਦਰ ਸਿੰਘ ਪੁੱਤਰ ਜੀਤ ਸਿੰਘ ਢਾਣੀ ਬਜਨ ਸਿੰਘ ਜਲਾਲਾਬਾਦ ਜੋ ਪਾਕਿਸਤਾਨ ਦੇ ਵਿਅਕਤੀਆਂ ਦੇ ਤਾਲਮਿਲ ਕਰਕੇ ਵੱਡੇ ਪੱਦਰ ਤੇ ਹਰੋਇਨਾ ਤੇ ਹੋਰ ਦੇਸ਼ਾਂ ਵਿਰੋਧੀ ਸਮਗਰੀ ਗੱਲਬਾਤ ਰਹੀ ਮੰਗਵਾਉਂਦੇ ਨੇ ਤੇ ਵਕ ਵਕ ਪਿੰਡਾਂ ਤੇ ਜਲਾਲਾਬਾਦ ਸ਼ਹਿਰ ਦੇ ਵਿੱਚ ਵੇਚਦੇ ਨੇ 1 ਅਕਤੂਬਰ ਤੋਂ ਬਦਲਣਗੇ ਡੈਬਿਟ ਕ੍ਰੈਡਿਟ ਕਾਰਡ ਹੁਣ ਆਨਲਾਈਨ ਖਰੀਦਾਰੀ ਦੇ ਨਿਜ਼ਮਤ ਕਿਵੇਂ ਹੋਵੇਗਾ ਭਗਤਾਨ ਸੋ 30 ਸਤੰਬਰ ਤੱਕ ਆਨਲਾਈਨ ਪੁਆਇੰਟ ਆਫ ਸੇਲ ਤੇ ਇਨ ਐਪ ट्रांजैक्शन ਚ ਵਰਤੇ ਗਏ ਸਾਰੇ ਕ੍ਰੈਡਿਟ ਡੈਬਿਟ ਕਾਰਡਾਂ ਨੂੰ ਟੋਕਨ ਦੇ ਨਾਲ ਬਦਲਣਾ ਲਾਜ਼ਮੀ ਹੈ ਇਸ ਤੋਂ ਪਹਿਲਾਂ ਜੁਲਾਈ ਤੋਂ 3 ਮਹੀਨਿਆਂ ਲਈ ਸਮਾਂ ਸੀਮਾ ਵਧਾ ਦਿੱਤੀ ਸੀ ਟੋਕਨ ਰਾਹੀਂ ਡੈਬਿਟ ਅਤੇ ਕ੍ਰੈਡਿਟ ਭੁਗਤਾਨ ਕਰਨਾ ਵਧੇਰੇ ਸੁਰੱਖਤ ਹੋਵੇਗਾ ਇਸ ਨਾਲ ਡਿਜੀਟਲ ਪੇਮੈਂਟ ਵਿੱਚ ਵਾਧਾ ਹੋਣ ਦੀ ਉਮੀਦ ਆਰਬੀਏ ਦੇ ਅਨੁਸਾਰ ਮੌਜੂਦਾ ਸਮੇਂ ਤੋਂ ਟੋਕਨਾਈਜੇਸ਼ਨ ਪ੍ਰਣਾਲੀ ਜੁ ਕਿਸੇ ਵੀ ਆਨਲਾਈਨ ਪਲੇਟਫਾਰਮ ਤੇ ਕਿਸੇ ਤਰ੍ਹਾਂ ਦੀ ਡੈਬਿਟ ਜਾਂ ਕ੍ਰੈਡਿਟ ਦੇ ਵੇਰਵਿਆਂ ਨੂੰ ਸੁਰੱਖਤ ਕਰਨ ਦੀ ਕੋਈ ਲੋੜ ਨਹੀਂ ਹੋਵੇਗੀ ਇਸ ਦੀ ਬਜਾਏ ਟੋਕਨ ਨਾਮਕ ਇੱਕ ਵਿਕਲਪ ਕੋਡ ਦਿੱਤਾ ਜਾਵੇਗਾ ਇਹ ਟੋਕਨਾਈਜ਼ਡ ਕਾਰਡ ਲੈਣ ਦੇ ਨੂੰ ਸੁਰੱਖਿਤ ਮੰਨਿਆ ਜਾਵੇਗਾ। ਅਗਲੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ। ਭਾਰਤ ਤੋਂ ਅਮਰੀਕਾ ਜਾਣ ਵਾਲਿਆਂ ਦੇ ਲਈ ਖੁਸ਼ਖਬਰੀ ਨਵ ਮੋੜ ਸ਼ੁਰੂ ਹੋਵੇਗੀ ਨੌਨ ਸਟਾਪ ਬਲੈਂਗ ਬੈਂਗਲੋਰੂ ਸੈਨ ਫਰਾਂਸਿਸਕੋ ਸੇਵਾ। ਭਾਰਤ ਤੋਂ ਅਮਰੀਕਾ ਜਾਣ ਵਾਲੇ ਯਾਤਰੀਆਂ ਦੇ ਲਈ ਖੁਸ਼ੀ ਦੀ ਖਬਰ ਹੈ ਇੰਡੀਆ ਨੇ ਬੈਂਗਲੋਰੂ ਦੇ ਸਿਆਨ ਫੋਰਸਿੰਗ ਸਕੂਲ ਲਈ ਜਲਦੀ ਹੀ ਆਪਣੀ ਨਾਨ-ਸਟਾਪ ਸੇਵਾ ਸ਼ੁਰੂ ਕਰ ਸਕਦੀ ਹੈ ਇਸ ਦੀ ਸ਼ੁਰੂਆਤ ਅਕਤੂਬਰ ਮਹੀਨੇ ਤੋਂ ਹੋ ਸਕਦੀ ਹੈ ਅਮਰੀਕਾ ਵਿੱਚ ਲੱਖਾਂ ਲੋਕਾਂ ਕੋਲੇ ਖੁੱਦ ਦਾ ਘਰ ਨਹੀਂ ਕਾਰ ਅਤੇ ਜਿਮ ਦੇ ਵਿੱਚ ਰਹਿਣ ਲਈ ਮਜਬੂਰ ਅਮਰੀਕਾ ਵਿੱਚ ਮਕਾਨਾਂ ਦਾ ਕਿਰਾਇਆ ਬਹੁਤ ਵਧ ਗਿਆ ਲੋਕ ਘਰ ਛੱਡ ਕੇ ਕਾਰਾਂ ਦੇ ਵਿੱਚ ਰਹਿਣ ਲਈ ਮਜਬੂਰ ਹੋ ਗਏ ਨੇ ਜਿਮ ਜਾਣ ਲੱਗੇ ਨੇ ਤਾਂ ਕਿ ਉੱਥੇ ਨਹਾ ਸਕਣ ਇੰਟਰਨੈਟ ਦਾ ਖਰਚਾ ਬਚਾਉਣ ਲਈ ਵਾਈਫਾਈ ਲਈ ਲਾਇਬ੍ਰੇਰੀ ਜਾ ਰਹੇ ਨੇ ਦਰਅਸਲ ਪਿਛਲੇ ਸਾਲ ਮਕਾਨ ਦਾ ਕਿਰਾਇਆ 24 ਪ੍ਰਤੀਸ਼ਤੋ 28% ਵਧ ਗਿਆ ਜੀ ਕੈਲੀਫੋਰਨੀਆ ਦੇ ਰਿੰਕ ਹੈਂਸਲਿੰਗ ਨੇ ਦੱਸਿਆ ਕਿ ਸਰਕਾਰ ਤੋਂ ਸੋਸ਼ਲ ਸਿਕਿਉਰਿਟੀ ਦੇ ਤਹਿਤ 1200 ਡਾਲਰ ਵਿੱਚੇ ਮਿਲਦੇ ਨੇ ਇੱਕ ਆਸਤਰ ਹੈਸ਼ੀ ਖੇਤਰ ਦੇ ਵਿੱਚ ਸਭ ਤੋਂ ਸਸਤਾ ਮਕਾਨ ਕਿਰਾਇਆ 1500 ਡਾਲਰ ਹੈ ਜਿਹੜਾ ਕਿ ਪੰਜਾਬ ਦਾ 1 ਲੱਖ 20 ਹਜ਼ਾਰ ਬਣਦਾ ਹੈ ਇਸ ਲਈ ਲੋਕ ਆਪਣੀਆਂ ਗੱਡੀਆਂ ਕਾਰਾਂ ਤੇ ਇਸ ਵਿੱਚ ਰਹਿ ਰਹੇ ਨੇ ਜਿਮ ਨੂੰ ਨਹਾਉਣ ਦੀਆਂ ਸਹੂਲਤਾਂ ਵਾਲੀ 40-50 ਡਾਲਰ ਪ੍ਰਤੀ ਮਹੀਨੇ ਵਿੱਚ ਉਪਲਬਧ ਨੇ ਲਾਇਬ੍ਰੇਰੀ ਦੀ ਮੈਂਬਰਸ਼ਿਪ ਅਜੇ ਹੀ ਕੀਮਤ ਤੇ ਮੁਫਤ ਵਾਈਫਾਈ ਪ੍ਰਦਾਨ ਕਰਦੀ ਹੈ ਭਗਤ ਸਿੰਘ ਦੇ ਜਨਮ ਦਿਹਾੜੇ ਤੇ ਬੱਚਿਆਂ ਨੂੰ ਜਾਣਾ ਨਹੀਂ ਪਵੇਗਾ ਸਕੂਲ ਨਹੀਂ ਹੋਵੇਗੀ ਛੁੱਟੀ ਸੋ ਵੱਡੀ ਖਬਰ ਹੈ ਜ শহীদ ਭਗਤ ਸਿੰਘ ਦੇ ਜਨਮ ਦਿਹਾੜੇ ਦੇ ਮੌਕੇ ਸਕੂਲਾਂ ਵਿੱਚ ਛੁੱਟੀ ਨਹੀਂ ਹੋਵੇਗੀ ਸਾਰੇ ਸਕੂਲਾਂ ਆਮ ਵਾਂਗ ਖੁੱਲਣਗੇ ਦੱਸਦੀ ਹੈ ਪੰਜਾਬ ਸਰਕਾਰ ਨੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਤੇ ਸਕੂਲਾਂ ਦੇ ਵਿੱਚ ਛੁੱਟੀ ਦਾ ਐਲਾਨ ਕੀਤਾ ਦਰਸਾਤ ਸਾਲ ਸ਼ਹੀਦ ਭਗਤ ਸਿੰਘ ਦੇ 115ਵੇਂ ਜਨਮ ਦਿਹਾੜੇ ਨੂੰ ਮਨਾਉਣ ਸੰਬੰਧੀ ਉਹਨਾਂ ਦੀ ਜੀਵਨੀ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਦੇ ਲਈ ਸਕੂਲਾਂ ਦੇ ਵਿੱਚ ਵੱਖ-ਵੱਖ ਸਰਗਰਮੀਆਂ ਕਰਵਾਈਆਂ ਜਾਣਗੀਆਂ ਇਸ ਦੇ ਲਈ ਜਿੰਨਾ ਸਕੂਲਾਂ ਵਿੱਚ ਅੱਜ ਪ੍ਰੀਖਿਆਵਾਂ ਚੱਲ ਰਹੀਆਂ ਨੇ 28 ਸਤੰਬਰ ਤੱਕ ਨੂੰ ਜੇਕਰ ਕਲਾਸਾਂ ਚੋਂ ਪੇਪਰ ਹੈ ਤਾਂ ਉਹ ਵੀ ਮੁਲਤਵੀ ਕਰ ਦਿੱਤਾ ਗਿਆ ਉਹ ਵੀ ਪ੍ਰੀਖ ਪੇਪਰ ਪ੍ਰੀਖਿਆ ਖਤਮ ਹੋਣ ਤੋਂ ਅਗਲੇ ਦਿਨ ਲਿਆ ਜਾਵੇਗਾ ਹੁਣ ਇਹ ਯੂਰੀਆ ਡੀਏਪੀ ਖਾਦ ਦੀ ਇੱਕ ਥੈਲੀ ਦੀ ਕੀਮਤ ਐਨੀ ਬਿਨਾ ਸਬਸਿਡੀ ਦੇ ਇਸ ਕੀਮਤ ਤੇ ਮਿਲਣਗੀਆਂ ਬੂਰੀਆਂ ਕਿਸਾਨਾਂ ਲਈ ਖਾਦ ਓਨੀ ਹੀ ਜ਼ਰੂਰੀ ਹੈ ਜਿੰਨੀ ਮਨੁੱਖਾਂ ਲਈ ਪੋਸ਼ਣ ਹੈ ਇਹ ਹੀ ਖਬਰ ਹੈ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜਿਉ ਕਸਾਨਪਰਾਵਾਂ ਲਈ ਜਾਣਣੀ ਬਹੁਤ ਜ਼ਰੂਰੀ ਹੈ ਕਿਸਾਨਪਰਾਵਾਂ ਨੂੰ ਖੇਤੀ ਲਈ ਖਾਦ ਦੀ ਵਰਤੋਂ ਕਰਨੀ ਪੈਂਦੀ ਪਰ ਇਸ ਦੇ ਨਾਲ ਹੀ ਕਿਸਾਨਪਰਾਵਾਂ ਨੂੰ ਖਾਦ ਦੀਆਂ ਕੀਮਤਾਂ ਦਾ ਚੰਗੀ ਤਰ੍ਹਾਂ ਪਤਾ ਹੋਣਾ ਚਾਹੀਦਾ ਤਾਂ ਜੋ ਉਹਨਾਂ ਨਾਲ ਧੋਖਾ ਨਾ ਹੋ ਸਕੇ ਤਾਂ ਅਨੁਦਾਸਦੀਏ ਕਿ ਡੀਪੀ ਅਤੇ ਯੂਰੀਆ ਸਭ ਤੋਂ ਮਸ਼ਹੂਰ ਖਾਦਾਂ ਵਿੱਚੋਂ ਇੱਕ ਨੇ ਕਿਸਾਨਾਂ ਦੀ ਪਹਿਲੀ ਪਸੰਦ ਨੇ ਕਿਸਾਨਪਰਾਵਾਂ ਲਈ ਡੀਪੀ ਅਤੇ ਯੂਰੀਆ ਨਾਲ ਜੁੜੀ ਅਹਿਮ ਖਬਰ ਬਹੁਤ ਜ਼ਰੂਰੀ ਹੈ ਕਣਕ ਦੀ ਬਜਾਈ ਤੋਂ ਪਹਿਲਾਂ ਯੂਰੀਆ ਤੇ ਡੀਏਪੀ ਬਾਰੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੇ ਦਰਅਸਲ ਅੰਤਰਰਾਸ਼ਟਰੀ ਬਾਜ਼ਾਰ ਚ ਯੂਰੀਆ ਦੇ ਕੱਚੇ ਮਾਲ ਦੀ ਕੀਮਤ ਵਧਣ ਨਾਲ ਕੱਚੇ ਮਾਲ ਦੀ ਦਰਮਦ ਘਟਣ ਕਾਰਨ ਜਿਹੜੀ ਮਾਰ ਆ ਯੂਰੀਆ ਦੀ ਘਾਟ ਉਹ ਚੱਲਣੀ ਪੈ ਰਹੀ ਹੈ ਸੋ ਜਿਆਦਾ ਜਾਣਕਾਰੀ ਲਈ ਚੈਨਲ ਤੇ ਭਾਈ ਸ਼ਾਰਟ ਵੀਡੀਓ ਚੈੱਕ ਕਰੋ ਲਾਲਕੀਰ ਦੇ ਅੰਦਰ ਰਹਿਣ ਵਾਲੇ ਲੋਕਾਂ ਲਈ ਵੱਡੀ ਖੁਸ਼ਖਬਰੀ ਹਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਲਾਲਕੀਰ ਦੇ ਅੰਦਰ ਰਹਿਣ ਵਾਲੇ ਲੋਕਾਂ ਲਈ ਜਲਦੀ ਹੀ ਮਾਲਕੀ ਹੱਕ ਮਿਲਣ ਜਾ ਰਹੇ ਨੇ ਜਿਸ ਸੰਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਿਆ ਨੇ ਇਸ ਗੱਲ ਦਾ ਪ੍ਰਗਟਾਵਾ ਬੀਤੇ ਦਿਨ ਮਾਲ ਮੰਤਰੀ ਬ੍ਰਹਮਸ਼ੰਕਰ ਜਿੰਪਾ ਨੇ ਕੀਤਾ ਮੰਤਰੀ ਬ੍ਰਹਮਸ਼ੰਕਰ ਜਿੰਪਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਹੇਠ ਸੂਬਾ ਸਰਕਾਰ ਲੋਕਾਂ ਨੂੰ ਹਰ ਸਹੂਲਤ ਦੇਣ ਦੇ ਲਈ ਵਚਨਬੱਧ ਹੈ ਸੂਬਾ ਸਰਕਾਰ ਸੂਬਾ ਵਾਸੀਆਂ ਨਾਲ ਕੀਤੇ ਗਏ ਵਾਦੇ ਪੂਰੇ ਕਰਨ ਜਾ ਰਹੀਆਂ ਤੇ ਸੂਬੇ ਦੇ ਸਰਬਪੱਖੀ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਇਸ ਦੇ ਤਹਿਤ ਹੁਸ਼ਿਆਰਪੁਰ ਜ਼ਿਲ੍ਹੇ ਚ ਲਾਲਗਿਰ ਦੇ ਅੰਦਰ ਰਹਿੰਦੇ ਲੋਕਾਂ ਨੂੰ ਜਲਦੀ ਹੀ ਮਾਲਕੀ ਹਾਕਮ ਬਲਣ ਜਾਣੇ ਜਾ ਰਹੇ ਨੇ ਕਾਲਿਸਤਾਨ ਰੈਫਰੰਡਮ ਸਿਕ ਫਾਰ ਜਸਟਿਸ ਦੀ ਕੈਨੇਡਾ ਚ ਹੋਈ ਰਾਜਸ਼ਮਾਰੀ ਨੂੰ ਕਿੰਨਾ ਗੰਭੀਰ ਮੰਨਦੇ ਨੇ ਕੈਨੇਡੀਅਨ ਪੰਜਾਬੀ ਕੈਨੇਡਾ ਦੇ ਕੁਝ ਇਲਾਕਿਆਂ ਚ ਹਿੰਸਾ ਦੀਆਂ ਖਬਰਾਂ ਆਈਆਂ ਨੇ ਇਸ ਤੋਂ ਬਾਅਦ ਵਿਦੇਸ਼ ਮੰਤਰਾਲੇ ਨੇ ਕੈਨੇਡਾ ਜੁੜਾਰੇ ਭਾਰਤੀਆਂ ਤੇ ਵਿਦਿਆਰਥੀਆਂ ਨੂੰ ਚੇਤਾਵਨੀ ਜਾਰੀ ਕਰਦੇ ਕਿ ਲੋਕਾਂ ਨੂੰ ਚੌਕਸ ਰਹਿਣ ਦੀ ਹਦਾਇਤ ਹੈ ਭਾਵੇਂ ਕਿ ਭਾਰਤੀ ਪੰਜਾਬ ਵਿੱਚ ਖੁਦ ਮੁਖਤਿਆਰੀ ਮੁਲਕ ਬਣਾਉਣ ਲਈ ਕਾਰਵਾਈ ਕਰਦੇ ਇਸ ਨੂੰ ਗੈਰ ਸਰਕਾਰੀ ਰਾਏਸ਼ਮਾਰੀ ਬਾਰੇ ਕੈਨੇਡਾ ਜੋ ਰਹਿੰਦੇ ਸਿੱਖ ਵੱਖੋ ਵੱਖਰੇ ਹਨ ਕੈਨੇਡਾ ਦੇ ਸਿੱਖ ਪਾਈਚਾਰੇ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਇਹ ਇੱਕ ਵੱਡੇ ਤਬਕੇ ਲਈ ਸਬਦ ਖਾਵਾ ਜਦ ਕਿ ਰਾਸ਼ਵਰੀ ਕਰਵਾਉਣ ਵਾਲੇ ਸਮੂਹ ਦਾ ਦਾਵਾ ਹੈ ਕਿ ਤਕਰੀਬਨ 1 ਲੱਖ ਲੋਕਾਂ ਨੇ ਇਸ ਦੇ ਵਿੱਚ ਹਿੱਸਾ ਲਿਆ ਹੈ ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਮੁਲਾਦਮਾਂ ਦੇ ਹੱਕ ਤੋਂ ਸਰਕਾਰ ਦਾ ਐਕਸ਼ਨ ਖਤਮ ਹੋ ਸਕਦੀ ਹੈ ਪੈਨਸ਼ਨ ਦੀ ਟੈਨਸ਼ਨ ਪੰਜਾਬ ਦੇ ਸਰਕਾਰੀ ਮੁਲਾਜ਼ਮਾਨ ਲਈ ਪੁਰਾਣੀ ਪੈਨਸ਼ਨ ਪ੍ਰਣਾਲੀ ਨੂੰ ਮੋੜ ਲਾਗੂ ਹੋ ਸਕਦੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਬੰਦੇ ਐਲਾਨ ਕਰ ਚੁੱਕੇ ਨੇ ਪ੍ਰਣਾਲੀ ਦੀਆਂ ਸਾਰੀਆਂ ਵਾਧਾ ਘਾਟਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਜੇ ਪੁਰਾਣੀ ਪ੍ਰਣਾਲੀ ਮੁਤਾਬਕ ਪੈਨਸ਼ਨਰ ਨੂੰ ਹਰ ਮਹੀਨੇ ਤਨਖਾਹ ਵਾਂਗ ਅਦਾਇਗੀ ਹੁੰਦੀ ਹੈ ਤੇ ਵਾਧੀ ਮੰਗਾਈ ਦਾ ਵੀ ਪੂਰਾ ਖਿਆਲ ਰੱਖਿਆ ਜਾਂਦਾ ਹੈ ਸੋ ਦੁਨੀਆ ਦੇ ਬਹੁਤ ਦੇਸ਼ਾਂ ਚ ਉਸ ਪ੍ਰਣਾਲੀ ਪੁਰਾਣੀ ਪ੍ਰਣਾਲੀ ਨੂੰ ਅਲਵਿਦਾ ਆਖ ਚੁੱਕੇ ਨੇ 2001-02 ਨੂੰ ਕੇਂਦਰੀ ਬਜਟ 'ਚ ਭਾਰਤ ਸਰਕਾਰ ਨੇ ਪਹਿਲੀ ਵਾਰ ਪੈਨਸ਼ਨ ਦੀ ਅਦਾਇਗੀ ਤੇ ਚਿੰਤਾ ਪ੍ਰਗਟਾਈ ਸੀ ਪੰਜਾਬ ਦੇ ਵਿੱਚ ਵੱਡੇ ਸਕੈਮ ਦਾ ਖੁਲਾਸਾ ਹਜ਼ਾਰਾਂ ਲੋਕ ਗਲਤ ਉਮਰ ਦੱਸ ਕੇ ਲੈ ਰਹੇ ਨੇ ਸਰਕਾਰ ਤੋਂ ਪੈਨਸ਼ਨ ਸੋ ਵੱਡੀ ਖਬਰ ਹੈ ਜਿਸ ਦੇ ਤਹਿਤ ਬੁਢਾਪਾ ਤੇ ਵਿਧਵਾ ਪੈਨਸ਼ਨ ਲੈਣ ਵਾਲੇ ਲੋਕ ਹੈ ਜੋਗ ਨੇ ਜਿਨ੍ਹਾਂ ਦੀ ਪੈਨਸ਼ਨ ਬੰਦ ਕਰ ਦਿੱਤੀ ਜਾਵੇਗੀ ਕਰ ਗੁਜ਼ਾਰੀ ਆਡਿਟ ਵਿੱਚ ਨਵਾਂ ਸ਼ਰਲੂ ਦੇਣਾ ਰੂਪਨਗਰ ਫਤਿਹਗੜ੍ਹ ਸਾਹਿਬ ਪਟਿਆਲਾ ਮੁਹਾਲੀ ਦੇ ਵਿੱਚ ਪਾਇਆ ਗਿਆ ਹੈ ਡੁਪਲੀਕੇਟ ਲੇਜਰ ਦੇ ਜਰੀਏ 11307 ਅਜਿਹੇ ਵਿਅਕਤੀਆਂ ਨੂੰ ਪੈਨਸ਼ਨ ਦਾ ਲਾਭ ਦਿੱਤਾ ਜਾ ਰਿਹਾ ਜਿਨ੍ਹਾਂ ਦੀ ਉਮਰ 60 ਸਾਲ ਤੋਂ ਘੱਟ ਹੈ ਉਧਰ ਅਸਰ ਸੂਖ ਵਾਲੇ ਕੁਝ ਵਿਅਕਤੀ ਗਲਤ ਟੀਕ ਟੰਗ ਤਰੀਕੇ ਵਰਤ ਕੇ ਸਮਾਜ ਭਲਾਈ ਸਕੀਮਾਂ ਦਾ ਲਾਭ ਲੈਂਦੇ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਲਾਭ ਸਿੰਘ ਉਗੋਕੇ ਦੇ ਪਿਤਾ ਦੀ ਡੀਐਮਸੀ ਦੇ ਵਿੱਚ ਇਲਾਜ ਦੇ ਦੌਰਾਨ ਮੌਤ ਪਰ ਹਲ ਬਰਨਾਲਾ ਦੇ ਪਦੌੜ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਲਾਭ ਸਿੰਘ ਉਗੋਕੇ ਦੇ ਪਿਤਾ ਦਰਸ਼ਨ ਸਿੰਘ ਦੀ ਹਸਪਤਾਲ ਦੇ ਵਿੱਚ ਲਾਜ਼ ਦੌਰਾਨ ਮੌਤ ਹੋ ਗਈ ਉਹਨਾਂ ਨੂੰ ਹਾਰਟ ਦੀ ਸਮੱਸਿਆ ਕਰਕੇ 22 ਸਤੰਬਰ ਨੂੰ ਲੁਧਿਆਣਾ ਡੀਐਮਸੀ ਦੇ ਹੀਰੋ ਹਾਰਟ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ ਲਾਭ ਸਿੰਘ ਉਗੋਕੇ ਦੇ ਪਿਤਾ ਦਰਸ਼ਨ ਸਿੰਘ ਦ ਅੱਜ ਜੱਦੀ ਪਿੰਡ ਗੂਗੇ ਦੇ ਵਿੱਚ ਅੰਤਮ ਸੰਸਕਾਰ ਕੀਤਾ ਜਾਵੇਗਾ। ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਚੰਡੀਗੜ੍ਹੇ ਰਿਪੋਰਟ ਦਾ ਨਾਮਕਰਨ 28 ਸਤੰਬਰ ਨੂੰ ਕੌਣ-ਕੌਣ ਪੁੱਜ ਰਿਹਾ ਸੀ? ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਿਸ਼ੇਸ਼ ਤੌਰ ਤੇ ਪੁੱਜ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਹਰਿਆਣਾ ਦੇ ਗਵਰਨਰ ਪੰਜਾਬ ਦੇ ਗਵਰਨਰ ਬਿਨਵਾਰੀ ਲਾਲ ਪ੍ਰੋਹਿਤ ਅਤੇ ਬਡਾਰੂ ਦਰੈਤਾਤਾ ਤੇ ਯੂਨੀਅਨ ਮਿਨਿਸਟਰ ਵਿਜੇ ਕੁਮਾਰ ਪਹੁੰਚ ਰਹੇ ਨੇ ਗਵਰਨਰ ਬਨਾਮ ਮੁੱਖ ਮੰਤਰੀ ਦਿੱਲੀ ਚੋ ਜੋ ਨਸੀਬ ਜੰਗ ਨੇ ਕੀਤਾ ਉਹ ਇੱਥੇ ਨਹੀਂ ਚੱਲਣਾ ਪੰਜਾਬ ਸਰਕਾਰ ਅਤੇ ਗਵਰਨਰ ਵਿਚਕਾਰ ਪੰਜਾਬ ਵਿਚਕਾਰ ਹਾਲੀ ਦੀ ਘੜੀ ਠੰਡ ਠੰਡੀਰ ਹੋ ਚੁੱਕੀ ਹੈ ਜਿਸ ਤਰ੍ਹਾਂ ਦਾ ਵਾਕ ਜੰਗ ਪਿਛਲੇ ਹਫਤੇ ਛੜੀ ਸੀ ਉਹ ਚਿੰਤਾ ਉਪਜਾਨ ਵਾਲੀ ਗੱਲ ਸੀ ਕਿਉਂਕਿ ਕਈਆਂ ਨੂੰ ਡੈਮੋਕ੍ਰੇਸੀ ਦੀ ਗੱਡੀ ਲੀਹੋ ਲੈਂਦੀ ਨਜ਼ਰ ਆ ਰਹੀ ਸੀ ਡਰ ਸੀ ਕਿ ਹੁਣ ਆਉਣ ਵਾਲੇ ਸਮੇਂ ਵਿੱਚ ਦੂਹਾ ਵਿਚਕਾਰ ਸ਼ਾਂਤੀ ਵਾਲਾ ਮਾਹੌਲ ਨਹੀਂ ਬਣਿਆ ਰਹਿ ਸਕਦਾ ਸੁਖਵੀਰ ਬਾਦਲ ਪੰਜਾਬ ਚ ਬੈਠੇ ਕੁਝ ਵੀ ਕਹਿ ਸਕਦੇ ਨੇ ਬਲਜੀਤ ਸਿੰਘ ਦਾदूवाल ਦਾ ਵੱਡਾ ਬਿਆਨ ਨਿਕਲ ਕੇ ਸਾਹਮਣੇ ਆਇਆ ਆਪ ਸਰਕਾਰ ਵੱਲੋਂ ਕਿਸਾਨਾਂ ਲਈ ਮਾਫੀ ਦਾ ਕੀਤਾ ਐਲਾਨ ਦਾ ਕਰਦੇ ਹਾਂ ਸਵਾਗਤ ਕੈਪਟਨ ਅਮਰਿੰਦਰ ਸਿੰਘ ਨੇ ਵੱਡਾ ਬਿਆਨ ਦਿੱਤਾ ਹੈ ਗੁਲੰਦਰ ਦੇ ਇੰਟਰਨੈਸ਼ਨਲ ਵੀਜ਼ਾ ਐਜੂਕੇਸ਼ਨ ਦੇ ਬੰਟੀ ਬਬਲੀ ਜੋੜੇ ਦਾ ਕਾਰਨਾਮਾ ਕੈਨੇਡਾ ਦੇ ਸੁਪਨੇ ਖਾ ਮਾਰਦੇ ਸੀ ਠੱਗੀ ਬੀ ਐਮ ਚੌਂਕ ਦੇ ਨਜ਼ਦੀਕ ਸੰਜੇ ਗਾਂਧੀ ਮਾਰਕੀਟ ਚ ਸਥਿਤ ਇੰਟਰਨੈਸ਼ਨਲ ਵੀਜ਼ਾ ਐਜੂਕੇਸ਼ਨ ਦੇ ਮਾਲਕ ਪਾਈਵਾਲ ਬੰਟੀ ਬਬਲੀ ਪਤੀ ਪਤਨੀ ਦੇ ਖਿਲਾਫ ਮੁਕੱਦਮਾ ਦਰਜ ਕਰ ਦਿੱਤਾ ਗਿਆ ਹੈ ਉਹਨਾਂ ਨੇ ਕੈਨੇਡਾ ਦੇ ਵਿੱਚ ਵਰਕ ਪਰਮਿਟ ਦਿਵਾਉਣ ਦਾ ਚਾਂਸ ਦੇ ਕੇ 2814000 ਰੁਪਏ ਦੀ ਠੱਗੀ ਮਾਰੀ ਤੇ ਦਫ਼ਤਰ ਬੰਦ ਕਰਕੇ ਫਰਾਰ ਹੋ ਗਏ ਇੰਗਲੈਂਡ ਭੇਜਣ ਦਾ ਚਾਹ ਸਾਦੇ ਇੱਕ ਪੰਜਾਬੀ ਮੁੰਤਿਆਰ ਦੇ ਕੋਲੋਂ 14 ਲੱਖ ਰੁਪਏ ਦੀ ਠੱਗੀ ਮਾਰ ਲਈ ਗਈ ਹੈ ਜੀ ਏਜੰਟ ਨੇ ਉਸਦਾ ਵੀਜ਼ਾ ਲਵਾਉਣ ਦੀ ਬਜਾਏ ਇਸ ਕਾਫੀ ਦੇਰ ਤੱਕ ਟਾਲ ਮਟੋਲ ਕਰਦਾ ਰਿਹਾ ਇਸ ਤੋਂ ਬਾਅਦ ਨਾ ਤਾਂ ਉਸਦੇ ਪੈਸੇ ਵਾਪਸ ਕੀਤੇ ਤੇ ਨਾ ਹੀ ਵੀਜ਼ਾ ਮਿਲਿਆ ਜਿਸ ਤੋਂ ਬਾਅਦ ਉਹ ਪਰੇਸ਼ਾਨ ਹੋ ਕੇ ਲੜਕੀ ਨੇ ਪੁਲਿਸ ਦੇ ਕੋਲੇ ਸ਼ਿਕਾਇਤ ਦਰਜ ਕਰਵਾਈ ਹੈ ਜ਼ਿਲ੍ਹਾ ਅੰਮ੍ਰਿਤਪੁਰ ਦੇ ਇਤਿਸ਼ਾਦ ਨਾਲ ਮਨਾਇਆ ਜਾਵੇਗਾ ਸ਼ਹੀਦ ਦੇ ਆਜ਼ਮ ਭਗਤ ਸਿੰਘ ਦਾ 115ਵਾਂ ਜਨਮ ਦਿਹਾੜਾ ਡੀਸੀ ਮਾਨਸਤਾ ਸਾਈਕਲ ਰੈਲੀ ਕੈਂਡਲ ਲਾਈਟ ਮਾਰਚ ਮੈਰਾਥਨ ਤੇ ਦੇਸ਼ ਭਗਤੀ ਦੀਆਂ ਪੇਸ਼ਕਾਰੀਆਂ ਕਰਵਾਈਆਂ ਜਾਣਗੀਆਂ। ਕੁਲਦੀਪ ਧਾਲੀਵਾਲ ਦਾ ਪਲਟਵਾਰ ਕੈਪਟਨ ਮਰਿੰਦਰ ਸਿੰਘ ਨੂੰ ਕੌਣ ਪੁੱਛਦਾ ਐ? ਸੋ ਪੰਜਾਬ ਗਵਰਨਮੈਂਟ ਵੱਲੋਂ ਸੱਦੇ ਕੇ ਵਿਧਾਨ ਸਭਾ ਦੇ ਵਿਸ਼ੇਸ਼ ਜੁਲਾਸ ਦੌਰਾਨ ਖੂਬ ਹੰਗਾਮਾ ਹੋਇਆ। ਆਪ ਵਿਧਾਇਕ ਅਤੇ ਪੰਜਾਬ ਖੇਤੀ ਮੰਤਰੀ ਕੁਲਦੀਪ ਧਾਲੀਵਾਲ ਨੇ ਸ਼ਰੂਮਣਿ ਕਾਲੀ ਦਾਲ ਨੂੰ ਆਪਣੇ ਨਿਸ਼ਾਨੇ ਤੇ ਰੱਖਦਾ ਸ਼ਬਦੀ ਹਮਲੇ ਕੀਤੇ ਪੰਜਾਬ ਦੇ ਲੋਕਾਂ ਨੇ ਕਾਲੀਆਂ ਨੂੰ ਬਾਹਰ ਕਰ ਦਿੱਤਾ ਤੇ ਉਹਨਾਂ ਨੇ ਕਿਹਾ ਜੀ ਕੈਪਟਨ ਨੂੰ ਤਾਂ ਪੰਜਾਬ ਚੋਂ ਘਰ ਦੇ ਨਹੀਂ ਪੁੱਛਦੇ। ਗੁਲਦੀਪ ਪਟਾਲੀਵਾਲਤਾ ਵੱਡਾ ਪਲਟਵਾਰ ਹੈ ਪੰਜਾਬ ਦੇ ਯੂਥ ਨੂੰ ਸਟਾਰਟਅਪ ਲਈ ਫੰਡ ਦੇਣਗੇ ਲੁਧਿਆਣਾ ਦੇ ਕਾਰੋਬਾਰੀ 1 ਕਰੋੜ ਦਾ ਫੰਡ ਤਿਆਰ ਕਰ ਲਿਆ ਗਿਆ ਹੈ ਇਸ ਅਜਿਹੇ ਚੈਂਬਰ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗ ਵੱਲੋਂ ਨੌਜਵਾਨਾਂ ਲਈ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਦੇ ਤਹਿਤ ਨੌਜਵਾਨਾਂ ਨੂੰ ਅੱਗੇ ਵਧਾਉਣ ਦੇ ਲਈ ਇੱਕ ਸਟਾਰਟਅਪ ਫੰਡ ਬਣਾਇਆ ਗਿਆ ਜੀ ਪਹਿਲੇ ਪੜਾ ਚ 1 ਕਰੋੜ ਰੁਪਏ ਇਕੱਠੇ ਕੀਤੇ ਨੇ 1 ਸਾਲ ਵਿੱਚ ਪੰਜਾਬ ਚ 100 ਤੋਂ ਵੱਧ ਸਟਾਰਟਅਪ ਲਿਆਉਣ ਦੀ ਯੋਜਨਾ ਹੈ ਇਸ ਦੇ ਲਈ ਫੰਡਿੰਗ ਦੇ ਨਾਲ ਨਾਲ 6 ਮਹੀਨਾਵਾਂ ਲਈ ਕੰਮ ਵਾਲੀ ਥਾਂ ਜੇਕਰ ਉਤਪਾਦਨ ਅਤੇ ਰੰਗਾਈ ਅਤੇ ਉਦਯੋਗਿਕ ਸਹਾਇਤਾ ਤੋ ਵੀ CIU SNRI ਕੰਪਨੀਆਂ ਸਸ ਪ੍ਰੋਗਰਾਮ ਲਈ ਸੰਯੋਗ ਕਰਨ ਲਈ ਤਿਆਰ ਨਾ ਤੇ ਸ਼ੁਰੂਆਤ ਲਈ 1 ਕਰੋੜ ਰੁਪਏ ਦਾ ਫੰਡ ਤਿਆਰ ਕੀਤਾ ਗਿਆ ਹੈ ਲਾਗੂ ਹੋਣ ਤੋਂ ਪਹਿਲਾਂ ਵਿਵਾਦਾਂ ਚ ਗਰੀ ਪੰਜਾਬ ਦੀ ਨਵੇਂ ਇੰਡਸਟਰੀ ਪਾਲਿਸੀ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਆਦਾ ਜਾਣਕਾਰੀ ਲਈ ਚੈਨਲ ਦੇ ਪਾਈ ਹੋਈ ਸ਼ਾਰਟ ਵੀਡੀਓ ਚੈੱਕ ਕਰ ਸਕਦੇ ਹੋ